ਤੁਹਾਡੀ ਏਜ ਕਿੰਨੀ ਆ ਮੈਂ ਤਾਂ ਦੱਸ ਦਈ ਆ ਮੈਂ 55 ਮੈਂ ਤਾਂ ਦਾਦੀ ਬਣ ਗਈ ਮੇਰੀ 62 ਨਹੀਂ ਨਹੀਂ ਹੈ ਤਾਂ ਮੈਂ 60 ਦੀ ਆ ਅੱਛਾ ਉਹਦਾ ਕਿੰਨੀ ਦੱਸਣੀ ਨਹੀਂ ਹੈ ਹੀ 60 ਦੀ ਆ ਮੈਂ 62 ਮੇਰੇ ਆ ਗਈ 35 ਸਾਲ 61 ਹਾਂ 32 ਸਾਲ ਦੀ 65 ਇਹ ਸੱਚੀ ਵਾਲੀ ਕਿ ਝੂਠੀ ਵਾਲੀ ਆ ਸੱਚੀ ਵਾਲੀ 65 ਸਾਲ ਐਤ ਕਿ ਹੋਇਆ ਨਾ ਮੈਨੂੰ ਪੈਨਸ਼ਨ ਲੱਗ ਜਾਣੀ ਐਤ ਕਿ ਜਦੋਂ ਕੋਈ ਉਮਰ ਪੁੱਛੇ ਵੈਸੇ ਚਲੋ ਨਹੀਂ ਪੁੱਛਣੀ ਚਾਹੀਦੀ ਜੇ ਆਪਣੀ ਮਰਜ਼ੀ ਹੈ ਜੇ ਕੋਈ ਪੁੱਛ ਵੀ ਲਵੇ ਉਹਨੂੰ ਵੱਧ ਦੱਸਣੀ ਚਾਹੀਦੀ ਘੱਟ ਦੱਸਣੀ ਚਾਹੀਦੀ ਕਿ ਜੋ ਹੈ ਉਹ ਦੱਸਣੀ ਚਾਹੀਦੀ ਕਿਹੜਾ ਲੇਡੀਜ਼ ਨੂੰ ਏਜ ਪੁੱਛਣਾ ਇਹ ਤਾਂ ਬਹੁਤ ਗਲਤ ਕੰਮ ਹੈ ਤੇ ਉਮਰ ਛਪਾਈ ਦੀ ਨਹੀਂ ਹੈ ਓਕੇ ਮੈਨੂੰ ਇਹ ਦੱਸੋ ਕਿ ਬੀਬੀਆਂ ਉਮਰ ਦੱਸਣ ਲੱਗੇ ਹੈਜ਼ਿਟੇਟ ਕਰਦੀਆਂ ਹਿਚਕਚਾਉਂਦੀਆਂ ਕਿ ਬੰਦੇ ਨਹੀਂ ਨਹੀਂ ਉਹ ਕੁੜੀਆਂ ਹੀ ਹਿਚਕਚਾਉਂਦੀਆਂ ਹੁੰਦੀਆਂ ਨਾ ਮੁੰਡੇ ਨਹੀਂ ਹਿਚਕਚਾਉਂਦੇ ਨਹੀਂ ਬੀਬੀਆਂ ਜ਼ਿਆਦਾ ਉਹ ਪੁੱਛਦੀ ਉਮਰ ਦਾ ਤਾਂ ਜੋ ਹੋਰ ਤਰ੍ਹਾਂ ਜਵਾਬ ਗੁੱਸੇ 'ਚ ਬੋਲਦੀਆਂ ਉਹਨਾਂ ਦਾ ਆਨਸਰ ਇੱਕ ਹੁੰਦਾ ਏਜ ਨਹੀਂ ਪੁੱਛਣੀ ਚਾਹੀਦੀ ਕੁੜੀਆਂ ਨੂੰ 20 ਸਾਲ ਹੀ ਦੱਸ ਰਹੀ ਹੁੰਦਾ ਵੀ ਉਹ ਉਹਨਾਂ ਦੇ ਲੈਵਲ 'ਚ ਰਹਿਣਾ ਚਾਹੁੰਦੀਆਂ ਵੀ ਅਸੀਂ ਕੁੜੀਆਂ ਹੀ ਲੱਗੀਏ ਹੈ ਨਾ ਲੱਗ ਜਾਂਦਾ ਤੁਹਾਨੂੰ ਜੇ ਸਾਹਮਣੇ ਵਾਲੇ ਨੇ ਇੰਨੀ ਏਜ ਦੱਸੀ ਪਰ ਇਹ ਝੂਠ ਬੋਲ ਰਹੀ ਹੈ ਨਹੀਂ ਜੀ ਮੇਕਅਪ ਹੀ ਇੰਨਾ ਕੀਤਾ ਹੁੰਦਾ ਜੀ ਪਤਾ ਹੀ ਨਹੀਂ ਲੱਗਦਾ ਕਿਹੜੀ ਜਗ੍ਹਾ ਤੋਂ ਹੈਗੀ ਮੈਂ ਜਲੰਧਰ ਦੀ ਹਾਂ ਜਲੰਧਰ ਦੀ ਹਾਂ ਅਸੀਂ ਵੀ ਜਲੰਧਰ ਵਾਲੀ ਜਹਾਂ ਪਾ ਪਾਪਾ ਚੱਲ ਇੱਕ ਫੋਟੋ ਲੈ ਲੈ ਇਹਦੇ ਨਾਲ ਉਹ ਵੀਡੀਓ ਬਣਦੀ ਪਈ ਆ ਬੰਦੇ ਬਹੁਤ ਸ਼ਰੀਫ ਹੁੰਦੇ ਆ ਸੀਰੀਅਸਲੀ ਹਾਏ ਹਾਏ ਗੁੰਡੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਮੈਂ ਨੀਲਮ ਕੁਈਨ ਪ੍ਰਾਈਮ ਵਿਊਜ਼ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਈਸਟਵੁੱਡ ਵਿਲੇਜ ਫਿਰ ਆ ਚੁੱਕੀ ਹਾਂ ਆਪਣੇ ਕੈਮਰਾਮੈਨ ਅਸ਼ਵਨੀ ਨੂੰ ਲੈ ਕੇ ਅੱਜ ਦਾ ਮੇਰਾ ਟੌਪਿਕ ਬਹੁਤ ਹੀ ਸੋਹਣਾ ਆ ਮੈਨੂੰ ਲੱਗਦਾ ਕਿ ਤੁਸੀਂ ਵੀ ਬਹੁਤ ਹੀ ਜ਼ਿਆਦਾ ਇੰਟਰਸਟ ਦੇ ਨਾਲ ਇਸ ਪ੍ਰੋਗਰਾਮ ਨੂੰ ਦੇਖੋਗੇ ਟੌਪਿਕ ਮੇਰਾ ਹੈਗਾ ਆ ਜੀ ਉਮਰ ਜਿਹੜੀ ਆ ਆਪਣੀ ਕੁੜੀਆਂ ਲੁਕਾਉਂਦੀਆਂ ਜਾਂ ਮੁੰਡੇ ਜੇ ਕੋਈ ਲੁਕਾਉਂਦਾ ਉਹਦਾ ਰੀਜ਼ਨ ਕੀ ਲੱਗਦਾ ਆ ਪਰ ਮੈਨੂੰ ਲੱਗਦਾ ਕਿ ਕੁੜੀਆਂ ਜ਼ਿਆਦਾ ਡਰਦੀਆਂ ਆਪਣੀ ਉਮਰ ਦੱਸਣ ਲੱਗੇ ਰੀਜ਼ਨ ਦੇਦੇ ਕਿ ਲੋਕੀ ਕੀ ਦੱਸਦੇ ਆ ਤੇ ਮੈਂ ਵੀ ਅਖੀਰ ਤੇ ਦੱਸੂਗੀ ਕਿ ਮੇਰੀ ਉਮਰ ਕਿੰਨੀ ਆ ਐਕਚੁਅਲ ਦੇ ਵਿੱਚ ਤੇ ਲੋਕੀ ਮੇਰੀ ਉਮਰ ਕਿੰਨੀ ਗੈਸ ਕਰ ਪਾਉਂਦੇ ਆ ਜੇ ਉਹਨਾਂ ਨੇ ਵੱਧ ਦੱਸੀ ਮੇਰਾ ਦਿਲ ਟੁੱਟੂਗਾ ਜੇ ਘੱਟ ਦੱਸੀ ਮੈਂ ਬਹੁਤ ਖੁਸ਼ ਹੋਊਂਗੀ ਜੇ ਬਰਾਬਰ ਦੀ ਦੱਸੀ ਤਾਂ ਚਲੋ ਵਧੀਆ ਗੱਲ ਆ ਕਿ ਗੈਸ ਵਧੀਆ ਮਾਰਿਆ ਬਾਕੀ ਚੱਲਦੇ ਆ ਗੱਲਬਾਤ ਕਰਦੇ ਆ ਅੱਜ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਤੁਹਾਡਾ ਵੈਰੀ ਗੁੱਡ ਵੈਰੀ ਬਹੁਤ ਵਧੀਆ ਜੀ ਅਸੀਂ ਵੈਨਕੂਵਰ ਤੋਂ ਆਏ ਆ ਕਦੋਂ ਆਏ ਪਰਸੋਂ ਹੀ ਆਏ ਹਾਲੇ ਹਾਂ ਕਿੰਨੇ ਟਾਈਮ ਬਾਅਦ ਆਏ ਹੋ ਇੰਡੀਆ ਵਾਪਸ ਨਹੀਂ ਅਸੀਂ ਆ ਜੀ ਦਾ 2-4 ਸਾਲ ਬਾਅਦ ਤੇ ਬਹੁਤ ਚੰਗਾ ਲੱਗਾ ਇੱਥੇ ਆ ਕੇ ਸਭ ਤੋਂ ਵਧੀਆ ਜਾਂ ਵੱਖਰੀ ਚੀਜ਼ ਕੀ ਲੱਗੀ ਤੁਸੀਂ ਆਏ ਜਦੋਂ ਵਾਪਸ ਜੀ ਮੈਨੂੰ ਸਾਰੀ ਉਮਰ ਕੰਟਕੀ ਫਰਾਈਡ ਅਸੀਂ ਇੰਗਲਿਸ਼ ਚ ਪੜ੍ਹਦੇ ਰਹੇ ਆ ਅੱਜ ਪੰਜਾਬੀ ਚ ਪੜ੍ਹ ਕੇ ਇੰਨਾ ਮਜ਼ਾ ਆਇਆ ਸਰ ਦੇਖੋ ਆਓ ਤੇ ਪਿਉਮਾ ਮੈਂ ਪਹਿਲੀ ਵਾਰੀ ਆਪਣਾ ਪੰਜਾਬੀ ਚ ਦੇਖਿਆ ਤੁਸੀਂ ਬਲੀਵ ਕਰੋ ਵੀ ਕਿੰਨੀ ਖੁਸ਼ੀ ਹੁੰਦੀ ਜਿਹੜੀ ਸਾਡੀ ਇੱਕ ਲੈਂਗੁਏਜ ਨੂੰ ਪ੍ਰਮੋਟ ਹੁੰਦੀ ਆ ਹਨਾ ਹੁਣ ਸਾਡੇ ਉੱਥੇ ਵੈਨਕੂਵਰ ਦੇ ਵਿੱਚ ਗੁਰਦੁਆਰੇ ਦੇ ਲਾਗੇ ਜਿਹੜੀ ਸਟਰੀਟ ਆ ਉਹ ਵੀ ਪੰਜਾਬੀ ਚ ਨਾ ਆ ਸਾਡੀ ਮੇਨ ਸਟਰੀਟ ਤੇ ਉੱਥੇ ਵੀ ਪੰਜਾਬੀ ਚ ਨਾ ਆ ਤਾਂ ਇੱਥੇ ਵੀ ਆ ਕੇ ਦੇਖ ਕੇ ਕਿੰਨਾ ਮੈਨੂੰ ਚੰਗਾ ਲੱਗਾ ਬਹੁਤ ਚੰਗਾ ਲੱਗਾ ਜੀ ਬੀਂਗ ਇਹ ਪੰਜਾਬੀ ਸਾਨੂੰ ਇਹ ਚੀਜ਼ ਵਧੀਆ ਲੱਗਦੀ ਕਿ ਪੰਜਾਬੀ ਨੂੰ ਪ੍ਰਮੋਟ ਤੁਹਾਨੂੰ ਕੀ ਵੱਖਰਾ ਲੱਗਾ ਕਿ ਤੁਸੀਂ ਇਹਨੂੰ ਇੱਕ ਤਾਂ ਚੀਜ਼ ਇਹ ਵੱਖਰੀ ਲੱਗੀ ਵੀ ਮੈਂ ਇੱਥੇ ਜੇਪੀ ਸਟੋਰ ਤੇ ਗਈ ਪਹਿਲਾਂ ਤਾਂ ਮੈਂ ਲੰਘ ਗਈ ਬੱਚਿਆਂ ਦੇ ਕੱਪੜੇ ਕੋਈ ਗੱਲ ਨਹੀਂ ਬਾਅਦ ਵਿੱਚ ਦੇਖਿਆ ਉੱਥੇ ਊੜਾ ਐੜਾ ਲਿਖਿਆ ਆ ਸਾਰੀਆਂ ਟੀ-ਸ਼ਰਟਾਂ ਦੇ ਊੜਾ ਐੜਾ ਲਿਖਿਆ ਆ ਨਾਨੀ ਘਰ ਜਾਵਾਂਗੇ ਮੋਟੇ ਹੋ ਕੇ ਆਵਾਂਗੇ ਔਰ ਸਾਰੇ ਜਿੱਦਾਂ ਪ੍ਰਮੋਟ ਕੀਤਾ ਪੰਜਾਬੀ ਨੂੰ ਪਰਸੋਂ ਆਏ ਸੀ ਸਵਾਗਤ ਚਖਾ ਕੇ ਗਏ ਆ ਉਹਨਾਂ ਦੀ ਜਿਹੜੀ ਇੱਕ ਸਟਾਈਲ ਸੀ ਕੁਆਲਿਟੀ ਬਹੁਤ ਸੀ ਅੱਜ ਅਸੀਂ ਹਲਦੀ ਰਾਮ ਚ ਖਾਧਾ ਉਹ ਵੀ ਇੱਕ ਕੁਆਲਿਟੀ ਇੰਨਾ ਵਧੀਆ ਖਾਣਾ ਬਹੁਤ ਸਵਾਦ ਲੱਗਾ ਸਾਨੂੰ ਵਧੀਆ ਗੱਲ ਹੈ ਕਿ ਪੰਜਾਬੀ ਜਿਹੜੇ ਜਿੱਥੇ ਜਾਂਦੇ ਆਪਣਾ ਨਾਮ ਛਾਪ ਛੱਡਦੇ ਉਹਨਾਂ ਪੰਜਾਬੀ ਚ ਨਾਮ ਵੀ ਆ ਗਏ ਹੋਏ ਆ ਪੰਜਾਬ ਚ ਤਾਂ ਹੋਣਾ ਚਾਹੀਦਾ ਨਾ ਬਿਲਕੁਲ ਹੋਣਾ ਚਾਹੀਦਾ ਪੰਜਾਬ ਦਾ ਤੁਸੀਂ ਵੈਨਕੂਵਰ ਕੀ ਕਰਦੇ ਹੋ ਵੈਨਕੂਵਰ ਮੈਂ ਹਸਪੀਟਲ ਚ ਕੰਮ ਕਰਦੀ ਹਾਂ ਓਕੇ ਐਜ਼ ਏ ਨਰਸ ਵੈਰੀ ਨਾਈਸ ਤੁਸੀਂ ਕੀ ਕਰਦੇ ਹੋ ਮੈਂ ਉੱਥੇ ਜੀ ਰੀਅਲ ਸਟੇਟ ਦਾ ਬਿਜ਼ਨਸ ਵੀ ਹੈਗਾ ਵਾ ਤੇ ਨਾਲ ਟੈਕਸੀ ਵੀ ਚਲਾਉਂਦਾ ਆ ਠੀਕ ਹੈ ਜੀ ਓਕੇ ਮੈਂ ਨਾ ਤੁਹਾਨੂੰ ਇੱਕੋ ਹੀ ਕੁਐਸਚਨ ਪੁੱਛਣਾ ਆ ਪਹਿਲਾਂ ਮੈਂ ਪੁੱਛੂੰਗੀ ਤੁਹਾਡੀ ਉਮਰ ਕਿੰਨੀ ਆ ਮੇਰੀ ਉਮਰ ਹੈ ਜੀ ਹੁਣ 65 ਸਾਲ ਐਤਕੀ ਹੋਇਆ ਨਾ ਮੈਨੂੰ ਪੈਨਸ਼ਨ ਲੱਗ ਜਾਣੀ ਐ ਐਤਕੀ ਇਹ ਚਾਇਆ ਦੇਖੋ ਜੀ ਜੇ ਤੁਸੀਂ 40 ਸਾਲ ਕੰਮ ਕੀਤਾ ਹੋਵੇ ਤਾਂ ਪੈਨਸ਼ਨ ਤਾਂ ਫਿਰ ਬਣਦੀ ਆ ਨਾ ਉਹ ਵੀ ਬਾਹਰ ਲਈ ਓਕੇ ਤੁਹਾਡੀ ਏਜ ਕਿੰਨੀ ਹੈ ਮੇਰੀ 55 ਅੱਛਾ ਤੁਸੀਂ ਹੈਜ਼ਿਟੇਟ ਨਹੀਂ ਹੋਏ ਏਜ ਦੱਸਣ ਲੱਗੇ ਆਪਣੀ ਨਾ ਨਾ ਤੁਸੀਂ
ਨਾ ਨਾ ਮੈਨੂੰ ਕਹਦਾ ਇਹਦੇ ਤਾਂ ਉਦਾਂ ਦੇਖਣ ਨੂੰ ਪਤਾ ਲੱਗਦਾ ਬਾਹਰ ਛੱਡ ਮਨਾਣਾ ਓਕੇ ਤੁਸੀਂ ਇਸ ਚੀਜ਼ ਚ ਬਿਲੀਵ ਕਰਦੇ ਹੋ ਕਿ ਜਦੋਂ ਅਸੀਂ ਕਿਸੇ ਤੋਂ ਉਮਰ ਪੁੱਛਦੇ ਆ ਹੁਣ ਤਾਂ ਮੈਂ ਤੁਹਾਨੂੰ ਕੈਮਰੇ ਦੇ ਉੱਤੇ ਪੁੱਛਿਆ ਆ ਨਾਰਮਲੀ ਵੀ ਜਦੋਂ ਪੁੱਛਦੇ ਆ ਲੋਕ ਨਾ ਹੈਜ਼ਿਟੇਟ ਜਿਹਾ ਕਰਦੇ ਆ ਤੁਹਾਨੂੰ ਲੱਗਦਾ ਕਿ ਹੈ ਇਹ ਹਾਂਜੀ ਬਿਲਕੁਲ ਹੈਗਾ ਜੀ ਜਿਹੜਾ ਲੇਡੀਜ਼ ਨੂੰ ਏਜ ਪੁੱਛਣਾ ਇਹ ਤਾਂ ਬਹੁਤ ਗਲਤ ਕੰਮ ਆ ਬੰਦੇ ਨਹੀਂ ਕਰਦੇ ਬੰਦੇ ਹੈਜ਼ਿਟੇਟ ਕਰਦੇ ਮੈਨੂੰ ਨਹੀਂ ਲੱਗਦਾ ਬੰਦੇ ਕਰਦੇ ਆ ਲੇਡੀਜ਼ ਨੂੰ ਪੁੱਛੀਦਾ ਨਹੀਂ ਲੇਡੀਜ਼ ਕਰਦੇ ਲੇਡੀਜ਼ ਕਰਦੀਆਂ ਕਿਉਂਕਿ ਹੁਣ ਮੈਂ ਲੱਗਦੀ ਵੀ ਮੈਂ ਦਾਦੀ ਬਣੀ ਹਾਂ ਉਹ ਫਿਰ ਲੱਗਦਾ ਵੀ ਮੈਂ ਕਿਸੇ ਨਜ਼ਰ ਨਾ ਲੱਗ ਜਾਏ ਨਜ਼ਰ ਨਾ ਲੱਗ ਜਾਏ ਵੀ ਇਹ ਚੰਗੀ ਭਲੀ ਤਕੜੀ ਆ ਇਹਦੇ ਗ੍ਰੈਂਡ ਕਿਡਸ ਵੀ ਹੋ ਗਏ ਆ ਹੈ ਤਾਂ अपनी मर्जी है जे कोई पुछ भी लवे ओनू वध दसनी चाहीदी घट दसनी चाहीदी कि जो है ओ दसनी चाहीदी मैं कहनी जो होया ओ दसनी चाहीदी है जे फिर ओ अगला तुहानू मोर क्वेश्चन करदा है कि तुसी अपने आप नू फिट किवें रख्या मेरी किन्नी एज लगदी आ आई विल से 32 बिलकुल ਬਿਲਕੁਲ ਠੀਕ ਹੈਗੇ ਕਿੱਥੋਂ ਦੇ ਹੋ ਕਰਤਾਰਪੁਰ ਦੇ ਤੁਸੀਂ ਫਗਵਾੜਾ ਮਾਇਆਮੀ ਓਕੇ ਤੁਸੀਂ ਚੰਡੀਗੜ੍ਹ ਹਾਏ ਹਾਏ ਤੁਸੀਂ ਫਗਵਾੜਾ ਓਕੇ ਕਿਉਂ ਨਾ ਕਹੀਏ ਚੰਡੀਗੜ੍ਹ ਮੈਂ ਵੀ ਉੱਥੇ ਹੀ ਆਈ ਆ ਅੱਛਾ ਕਿਹੜੀ ਜਗ੍ਹਾ ਤੋਂ ਹੈਗੇ ਮੈਂ ਜਲੰਧਰ ਦੀ ਆ ਜਲੰਧਰ ਦੀ ਆ ਅਸੀਂ ਵੀ ਜਲੰਧਰ ਵਾਲੀ ਬਾਬਾ ਚਲ ਇੱਕ ਫੋਟੋ ਲੈ ਲੈ ਇਹਦੇ ਨਾਲ ਉਹ ਕੀ ਵੀਡੀਓ ਬਣਦੀ ਪਈ ਆ ਕੋਈ ਗੱਲ ਨਹੀਂ बीबिया जो एज पुछी दीजिटेट कर दसन कर लुक खराब ना लगे इन्हों भी असि ज्यादा एज दसांगे मेरा ते स्वामी बहुत अच्छा सिर दा साई सिर दा साई उपर वाले ने दिता दा खिच के रखे भाई यार खिचन की लोड़ ही नहीं मैं खिची गई एक दूजे दी आकर्षण ना आए हाय हाय रोटी कौन बनाउंदा करे 364 मी वन डे 365 माय मिया बार तो इदा ही है फॉरेन नहीं 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 बेटा इंडिया ही है मेड रखी हुई है बाहर आए हो नहीं इस तो फगवाड़ा फगवाड़े तो हां तुसी कित्थों आए हो मायामी तो अच्छा कितना उधर वधिया सब किताब कहंदे है मायामी तो मायामी है पर मेरा इंडिया तो जय इंडिया है ना ਕੀ ਕਰਦੇ ਇੱਥੇ ਰੋ ਓ ਯਾਰ
जिन्हें सानू रोटी अच्छी दी ना उस परमात्मा का शुक्रिया बस दैट्स ऑल। अच्छा मैं तुसी दसो कि जिहड़ियां बीबियां आ वो एज दसन लगे हेजिटेट कर दियां आ कर दिया भी तो सच दस भी दें रीजन की लगता कि क्यों घट दस दी अपने आप क्यों अपने आप नो सही समझने कि असि इन लगी है अच्छा तुसी होर की गल्लां करने बढ़िया ऑकवर्ड लगता है कि तुसी अपनी एज दसनी है ओके ऑकवर्ड है ना। अच्छा मेरी उम्र कितनी लगदी तुहानू देखे यू आर माय यंगर सिस्टर एज व्हाई शुड आई टेल यू नहीं वैसे ही देख के केवल नो आई डोंट वांट टू गेस गेस तो मारो 42 मेरी नहीं 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 25 ओके 27 ओके कितनी लगदी मेरी एज 35 क्योंकि तुसी अच्छे हो ना इसलिए मैं भी अच्छी हां अच्छे नु अच्छे लगदे सारे ओके थैंक यू जी थैंक यू सत श्री अकाल जी सत श्री अकाल जी सत श्री अकाल अज फिर मैं तुहानू घेर लिया आके की हाल चाल आ बहुत वधिया फर्स्ट क्लास ਅੱਜ ਉਦੋਂ ਦਾ ਤੇ ਅੱਜ ਦੇ ਚ ਬਹੁਤ ਫਰਕ ਹੈ ਬਿਕੋਜ਼ ਆਫ ਟੈਂਪਰੇਚਰ ਬਿਲਕੁਲ ਬਿਲਕੁਲ ਤੇ ਐਤਕੀ ਠੰਡ ਨੇ ਵਾਵਾ ਨਿਚੋੜਿਆ ਸਾਰਿਆਂ ਨੂੰ ਇੱਕ ਸਾਥ ਜ਼ਿਆਦਾ ਪਈ ਨਾ ਬਹੁਤ ਜ਼ਿਆਦਾ ਐਂਡ ਇਟ ਵਾਸ ਕੰਟੀਨਿਊਸਲੀ ਕੋਈ ਇਹ ਨਹੀਂ ਕਿ ਇਹਦੇ ਚ ਬ੍ਰੇਕ ਆਈ ਆ ਪਰ ਇਟ ਵਾਸ ਕੰਟੀਨਿਊਸਲੀ ਗੋਇੰਗ ਔਨ ਨਹੀਂ ਦੱਸੋ ਜਿੱਦਾਂ ਇਸ ਵਾਰੇ ਠੰਡ ਬਹੁਤ ਜ਼ਿਆਦਾ ਪਈ ਆ ਜ਼ਿਆਦਾ ਦਿਨ ਵੀ ਰਹੀ ਆ ਉਹਦਾ ਇਹਦੇ ਤੇ ਇਫੈਕਟ ਪਿਆ ਲੋਕਾਂ ਦਾ ਹੁੰਦਾ ਨਾ ਉਹਦੇ ਨਾਲ ਸਗੋ ਜ਼ਿਆਦਾ ਕਲਾਇੰਟਸ ਆਏ ਨੇ ਜ਼ਿਆਦਾ ਆਏ ਨੇ ਵਿੰਟਰ ਨੂੰ ਲੋਕਾਂ ਨੇ ਇੰਜੋਏ ਕੀਤਾ ਐਤਕੀ although there was no sunshine par phir vi lokan ne it was always full bilkul acha main eh dasso pichle aadi main tuhanu puchhya siga ki apa jalandhar shehar de vich phagwaade de lagge apna eastwood village jehda bahut hi sona chal reha hai loki bahut aunde duro duro aunde langde vadde vi itthe zarur stay karke jande aa next jehde tuhade project upcoming aa ohna bare ta tusi pichle aadi main dassya hun hega kuch dassoge and it is again in a pipeline kyunki onnu main ਜਿਸ ਤਰ੍ਹਾਂ ਇਹਨੂੰ ਟਾਈਮ ਲੱਗਾ ਸਾਨੂੰ ਉਹਨੂੰ ਵੇਟ ਅਨਦਰ ਫॉर 1 ਮੰਥ ਉਸ ਤੋਂ ਬਾਅਦ ਆਈ ਵਿਲ ਟੈਲ ਈਚ ਐਂਡ ਐਵਰੀਥਿੰਗ ਅਬਾਊਟ ਮਾਈ ਪ੍ਰੋਜੈਕਟਸ ਅਪਕਮਿੰਗ ਪ੍ਰੋਜੈਕਟਸ ਇਹਨਾਂ ਨੇ ਫਿਰ ਇਹਨੂੰ ਹਜੇ ਰੋਕ ਲਿਆ ਅਗਲੀ ਵਾਰੀ ਫਿਰ ਘੇਰ ਕੇ ਆ ਗਏ ਇਹਨਾਂ ਨੂੰ ਮੈਂ ਪੁੱਛ ਹੀ ਲੈਣਾ ਜਿੰਨਾ ਚਿਰ ਮੈਨੂੰ ਦੱਸਦੇ ਨਹੀਂ ਉਨਾ ਚਿਰ ਮੈਂ ਪੁੱਛ ਹੀ ਜਾਣਾ ਓਕੇ ਮੇਰਾ ਜਿਹੜਾ ਅੱਜ ਦਾ ਟੌਪਿਕ ਆ ਹੁਣ ਮੈਂ ਤੁਹਾਨੂੰ ਉਹ ਜ਼ਰੂਰ ਪੁੱਛੂੰਗੀ ਪਹਿਲਾਂ ਮੈਨੂੰ ਇਹ ਦੱਸੋ ਤੁਹਾਡੀ ਏਜ ਕਿੰਨੀ ਆ 65 ਇਹ ਸੱਚੀ ਵਾਲੀ ਕਿ ਝੂਠੀ ਵਾਲੀ ਆ ਸੱਚੀ ਵਾਲੀ40 साल बाद वेख्या किसी ने ਤੇ ਉਹ ਆਪਸ ਵਿੱਚ ਕਈ ਵਾਰੀ ਨਾ ਵਿਸਪਰ ਕਰਨ ਗਿਆ ਕਿਤੇ ਵੀ ਜੇ ਮਿਲ ਗਏ ਕਿਤੇ ਵੈਡਿੰਗ ਤੇ ਜਾਂ ਕਿਤੇ ਗੁਰਦੁਆਰੇ ਕਿਤੇ ਵੀ ਤੇ ਦੇ ਯੂਸ ਟੂ ਵਿਸਪਰ ਵੀ ਮੈਂ ਤੇ ਇਹਨੂੰ ਨਾ ਛੋਟਾ ਜਿਹਾ ਵੇਖਿਆ ਸੀਗਾ ਤੇ ਆਈ ਆਲਵੇਸ ਸੇ ਵੀ ਮੈਂ ਅਜੇ ਵੀ ਛੋਟਾ ਹੀ ਉਹਨੇ ਸੋ ਇਸ ਕਰਕੇ ਮੇਰੀ ਏਜ ਹਮੇਸ਼ਾ ਛੋਟੀ ਰਹਿਣੀ ਹੈ ਬਿਕੋਜ਼ ਆਫ ਹਾਈਟ ਜਿਵੇਂ ਤੁਹਾਨੂੰ ਲੱਗਦਾ ਕਿ ਬੀਬੀਆਂ ਜ਼ਿਆਦਾ ਹੈਜ਼ਿਟੇਟ ਕਰਦੀਆਂ ਕਿ ਬੰਦੇ ਏਜ ਦੱਸਣ ਲੱਗੇ ਲੇਡੀਜ਼ ਜ਼ਿਆਦਾ ਕਰਦੀਆਂ ਹੈਜ਼ਿਟੇਟ ਕੀ ਰੀਜ਼ਨ ਲੱਗਦਾ ਤੁਹਾਨੂੰ ਰੀਜ਼ਨ ਦੇ ਵਾਂਟ ਟੂ ਬੀ ਅ ਏਜ ਉਹਦੇ ਵੀ ਕਾਟੀ ਰਵੇ ਤੇ ਠੀਕ ਆ ਵੈਸੇ ਏਜ ਲੁਕਾਉਣੀ ਚਾਹੀਦੀ ਕਿ ਨਹੀਂ ਤੁਹਾਨੂੰ ਕੀ ਲੱਗਦਾ ਨਹੀਂ ਏਜ ਵੈਸੇ ਤਾਂ ਜਿਹੜਾ ਬੰਦਾ ਜੱਜ ਕਰ ਲੈਂਦਾ ਵੀ ਏਜ ਅਕੋਰਡਿੰਗ ਟੂ ਏਜ ਇੱਕ ਇਹੋ ਜੀ ਚੀਜ਼ ਹੈ ਜਿਹੜੀ ਲਾਈਫ ਦੇ ਵਿੱਚ ਜਿਹੜੀ ਜਦੋਂ ਹੈਲਥ ਸਟੇਟਸ ਜਾਂ ਤੁਹਾਡਾ ਬੰਦਾ ਉਹ ਤੁਸੀਂ ਜਜਮੈਂਟ ਤੁਹਾਨੂੰ ਹੋ ਜਾਂਦੀ ਆ ਵੀ ਇਹ ਹੁਣ ਹੀ ਇਜ਼ ਇਨਟੂ ਇਸ 40s ਜਾਂ 60s ਇਹ ਕਲੀਅਰ ਹੋ ਜਾਂਦਾ ਉਹ ਸਿਰਫ ਥੋੜਾ ਬਹੁਤਾ 3-4 ਸਾਲ ਦਾ ਹੀ ਫਰਕ ਰਹਿ ਜਾਂਦਾ ਬਾਕੀ ਸਾਰਿਆਂ ਨੂੰ ਪਤਾ ਲੱਗ ਜਾਂਦਾ ਵੀ ਕਿੱਥੇ ਬੰਦਾ ਖਲੋਤਾ ਜੀ ਈਸਟਵੁੱਡ ਵਿਲੇਜ ਦੇ ਚੇਅਰਮੈਨ ਜਿਹੜੇ ਸੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਇਹਨਾਂ ਨੇ ਸੀਕ੍ਰੇਟ ਰੱਖ ਦਿੱਤਾ ਕਿ ਅਪਕਮਿੰਗ ਜਿਹੜੇ ਇਹਨਾਂ ਦੇ ਪ੍ਰੋਜੈਕਟ ਹੈਗੇ ਆ ਉਹ ਫਿਰ ਅਗਲੀ ਵਾਰੀ ਆਉਂਗੇ ਉਹਨੂੰ ਪੁੱਛ ਹੀ ਲੈਣੇ ਬਾਕੀ ਮੈਨੂੰ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਦੁਬਾਰਾ ਗੱਲਬਾਤ ਕਰਕੇ ਅਗਲੀ ਵਾਰੀ ਫਿਰ ਆਉਣਾ ਸੀ ਵੈਲਕਮ ਵੈਲਕਮ ਆਲਵੇਸ ਆਲਵੇਸ ਵੈਲਕਮ ਕੀ ਹਾਲ ਚਾਲ ਆ ਵਧੀਆ ਜੀ ਤੁਸੀਂ ਦੱਸੋ ਬਹੁਤ ਵਧੀਆ ਤੁਸੀਂ ਕਿਦਾਂ ਹਾਂਜੀ ਵਧੀਆ ਠੀਕ ਠਾਕ ਜੀ ਨਾਲ ਦੀਆਂ ਤੁਹਾਡੀ ਸੁਣਦੀਆਂ ਨਹੀਂ ਦੇਖ ਲੋ ਆਈਆਂ ਨਹੀਂ ਐਨੂੰ ਆਹੋ ਸਹੀ ਗੱਲ ਹੈ ਸੁਣਦੀਆਂ ਨਹੀਂ ਤੁਸੀਂ ਸੁਣਦੇ ਹੋ ਆਈ ਤਾਂ ਸੁਣ ਲਈ ਓਕੇ ਕਿੱਥੋਂ ਦੇ ਹੋ ਅਸੀਂ ਮੈਥਪੁਰ ਤੋਂ ਆਏ ਹਾਂ ਦੋਨੋਂ ਹਾਂਜੀ ਮੈਂ ਤੋਂ ਜਲੰਧਰ ਤੋਂ ਨੁੱਸੀ ਪਿੰਡ ਹਾਂਜੀ ਤੁਸੀਂ ਕੀ ਕਰਦੇ ਹੋ ਮੈਂ ਜੌਬ ਕਰਦਾ ਸੀਐਨਸੀ ਤੇ ਠੀਕ ਹੈ ਜੀ ਤੁਸੀਂ ਮੈਂ ਬਾਹਰੋਂ ਆਇਆ ਆਸਟ੍ਰੇਲੀਆ ਤੋਂ ਆਸਟ੍ਰੇਲੀਆ ਤੋਂ ਉੱਥੇ ਕੀ ਕਰਦੇ ਹੋ ਉੱਥੇ ਆ ਜਿੱਦਾਂ ਕਲੀਨਿੰਗ ਫਲੋਰ ਡਿਟੇਲਿੰਗ ਇਦਾਂ ਦਾ ਸਾਰਾ ਕੰਮ ਆ ਹਾਂਜੀ ਠੀਕ ਹੈ ਕਦੋਂ ਆਏ ਬਾਹਰੋਂ ਮੈਨੂੰ 1 ਮਹੀਨਾ ਹੋਇਆ ਹਾਂਜੀ ਕਿੰਨੀ ਦੇਰ ਬਾਅਦ ਆਏ ਹੋ
माहौल बहुत चेंज एडवांस हो गया जिदा भी सारा कुछ फोन भी काफी कुछ हो गया ना ऑनलाइन काफी जिदा पैसे रखने की लोड़ भी नहीं पैंदी है ना काफी चीज चेंज हो गया। हाँ जी हाँ जी बस ਵਧੀਆ ਬਸ ਅਜੇ ਤਾਂ ਐਂਟਰੀ ਹੋਏ ਆ ਤੁਸੀਂ ਮਿਲ ਗਏ ਹਾਂਜੀ ਹਾਂਜੀ ਸੁਣਿਆ ਸੀ ਬਸ ਅੱਜ ਆਏ ਆ ਫਸਟ ਡੇ ਤੁਸੀਂ ਜਲੰਧਰ ਦੇ ਤੁਸੀਂ ਕਿੰਨੇ ਵਾਰੀ ਆਏ ਹੋ ਮੈਂ ਫਸਟ ਟਾਈਮ ਆਇਆ ਉਦਾਂ ਲੰਘਦੇ ਰਹੇ ਆ ਹਾਏ ਉਦਾਂ ਤਾਂ ਆਉਂਦੇ ਰਹਿੰਦੇ ਆ ਰੋਜ਼ ਤੇ ਤਲਨ ਸਾਹਿਬ ਮੱਥਾ ਟੇਕਣ ਆਈਦਾ ਫਿਰ ਅੱਧਰ ਆ ਜਾਂਦੇ ਸ਼ਾਮ ਨੂੰ ਅੱਛਾ ਮੈਨੂੰ ਇਹ ਦੱਸੋ ਤੁਹਾਡੀ ਉਮਰ ਕਿੰਨੀ ਆ ਮੇਰੀ ਹੈਗੀ 35 ਸਾਲ 35 ਸਾਲ ਤੁਹਾਡੀ ਮੇਰੀ 31 ਆ ਹਾਂਜੀ 31 ਆ ਹਾਂਜੀ ਤੁਹਾਨੂੰ ਜਦੋਂ ਮੈਂ ਤੁਹਾਨੂੰ ਹੁਣ ਉਮਰ ਪੁੱਛੀ ਤੁਹਾਨੂੰ ਹਿਚਕਚਾਹਟ ਜੀ ਹੋਈ ਉਮਰ ਦੱਸਣ ਲੱਗੇ ਨਹੀਂ ਮੈਨੂੰ ਨਹੀਂ ਹੋਈ ਨਹੀਂ ਨਹੀਂ ਬਿਲਕੁਲ ਹਾਂਜੀ ਸੱਚੀ ਦੱਸੀ ਉਮਰ ਹਾਂਜੀ ਇਹ ਉਮਰ ਛਪਾਈ ਦੀ ਨਹੀਂ ਹੈ ਬਿਲਕੁਲ ਤੁਸੀਂ ਵੀ ਨਹੀਂ ਕੋਈ ਨਹੀਂ ਨਹੀਂ ਮੈਂ ਵੀ ਨਹੀਂ ਓਕੇ ਮੈਨੂੰ ਇਹ ਦੱਸੋ ਕਿ ਬੀਬੀਆਂ ਉਮਰ ਦੱਸਣ ਲੱਗੇ ਹੈਜ਼ਿਟੇਟ ਕਰਦੀਆਂ ਹਿਚਕਚਾਉਂਦੀਆਂ ਕਿ ਬੰਦੇ ਨਹੀਂ ਬੀਬੀਆਂ ਜ਼ਿਆਦਾ ਉਹ ਪੁੱਛਦੀ ਉਮਰ ਦਾ ਤਾਂ ਜੋ ਹੋਰ ਤਰ੍ਹਾਂ ਜਵਾਬ ਗੁੱਸੇ 'ਚ ਬੋਲਦੀਆਂ ਉਹਨਾਂ ਦਾ ਆਨਸਰ ਹੀ ਇੱਕ ਹੁੰਦਾ ਏਜ ਨਹੀਂ ਪੁੱਛਣੀ ਚਾਹੀਦੀ ਕੁੜੀਆਂ ਨੂੰ ਅੱਛਾ ਤੁਹਾਨੂੰ ਕੀ ਲੱਗਦਾ ਪੁੱਛਣੀ ਚਾਹੀਦੀ ਕਿ ਨਹੀਂ ਪੁੱਛਣੀ ਚਾਹੀਦੀ ਆ ਕਈ ਵਾਰੀ ਏਜ ਜ਼ਿਆਦਾ ਹੁੰਦੀ ਆ ਤੇ ਫੇਰ ਘੱਟ ਹੀ ਦੱਸਦੇ ਰਹਿੰਦੇ ਆ ਨਾ ਤਾਂ ਕਰਕੇ ਤੈਨੂੰ ਕੀ ਰੀਜ਼ਨ ਕੀ ਲੱਗਦਾ ਕਿ ਬੀਬੀਆਂ ਕਿਉਂ ਆਪਣੀ ਉਮਰ ਜਿਹੜੀ ਲੁਕਾਉਂਦੀਆਂ ਆ ਜੇ ਉਹ ਹੈਜ਼ਿਟੇਟ ਕਰਦੀਆਂ ਆ ਹੁਣ ਪਤਾ ਨਹੀਂ ਕਾ ਤਾਂ ਉਹ ਰੀਜ਼ਨ ਪਤਾ ਨਹੀਂ ਕੀ ਹੈ 5-6 ਸਾਲ ਘੱਟ ਹੀ ਦੱਸਦੀ ਉਮਰ ਆ 20 ਸਾਲ ਹੀ ਦੱਸਦੀ ਰੀਜ਼ਨ ਤਾਂ ਨਹੀਂ ਰੀਜ਼ਨ ਤਾਂ ਇਹੀ ਹੁੰਦਾ ਆ ਵੀ ਬਸ ਅਸੀਂ ਯੰਗ ਹੀ ਦਿਸੀ ਹੈ ਨਾ ਵੀ ਇਹ ਏਜ ਬਸ ਲੁਕਾਉਣੀ ਲੁਕਾਉਣੀ ਆ ਅਸੀਂ ਉਹ ਇੱਕ ਹੁੰਦਾ ਨਾ ਸਾਰੀਆਂ ਚ ਬਸ ਘੱਟ ਨਹੀਂ ਨਹੀਂ ਮੇਕਅਪ ਵਾਲਿਆ ਜੋ ਵੀ ਅੱਜ ਕੱਲ ਉਹ ਵੀ ਦੱਸਣ ਦਿੰਦੇ ਹਾਂਜੀ ਅੱਛਾ ਜਿਹੜੇ ਉਮਰ ਲੁਕਾਉਂਦੀਆਂ ਬੀਬੀਆਂ ਬੰਦੇ ਵੀ ਲੁਕਾਉਂਦੇ ਆ ਨਾ ਕਿ ਨਹੀਂ ਲੁਕਾਉਂਦੇ ਨਹੀਂ ਬੰਦੇ ਨਹੀਂ ਲੁਕਾਉਂਦੇ ਮੈਂ ਤਾਂ ਨਹੀਂ ਕੋਈ ਦੇਖਿਆ ਚਲੋ ਕੁਝ ਪਰਸੈਂਟ ਆ 50 ਜੋ ਹਾਂਜੀ 50% ਲੁਕਾਉਂਦੇ ਆ ਪਰ 100% ਬੀਬੀਆਂ ਲੁਕਾਉਂਦੇ ਹਾਂਜੀ ਸਹੀ ਗੱਲ ਹੈ ਅੱਛਾ ਜੇ ਬੀਬੀਆਂ ਨੇ ਉਮਰ ਲੁਕਾਉਣੀ ਹੋਵੇ ਫੋਰ ਐਗਜ਼ਾਮਪਲ ਉਹਦੀ ਉਮਰ ਹੈਗੀ 40 ਸਾਲ ਜੇ ਘਟਾਉਣੀ ਹੋਵੇ ਕਿੰਨੀ ਦੱਸੂਗੀਆਂ ਨਹੀਂ ਚਲੋ ਠੀਕ ਹੈ ਮੈਨੂੰ ਵੀ ਬਹੁਤ ਚੰਗਾ ਲੱਗਾ ਜੀ ਤੁਹਾਨੂੰ ਗੱਲ ਕਰਕੇ ਥੈਂਕ ਯੂ ਜੀ ਹਾਲ ਚਾਲ ਕਿਦਾਂ ਹਾਂਜੀ ਵਧੀਆ ਜੀ ਹਾਂਜੀ ਠੀਕ ਹੈ ਜੀ ਕਿੱਥੋਂ ਦੇ ਹੋ ਪੋਡੇ ਸਰਾਮਾਂ ਦੇ ਜੀ ਇੱਥੇ ਆਪਣਾ ਜਮਸ਼ੇਰ ਰੋਡ ਠੀਕ ਹੈ ਜੀ ਤੁਸੀਂ ਹਾਂਜੀ ਸੇਮ ਹੀ ਜਮਸ਼ੇਰ ਸੇਮ ਹੀ ਆ ਪਿੰਡ ਜੀ ਆਪਣਾ ਸਾਰਿਆਂ ਓਕੇ ਇੱਕ ਗੁਰਦਾਸਪੁਰ ਦਾ ਮੁੰਡਾ ਇੱਕ ਗੁਰਦਾਸਪੁਰ ਦਾ ਹਾਂਜੀ ਕੀ ਕਰਦੇ ਹੋ ਤੁਸੀਂ ਮੈਂ ਵੀ ਇੱਥੇ ਟਰੈਵਲ ਦਾ ਕੰਮ ਆ ਆਪਣਾ ਠੀਕ ਹੈ ਤੁਸੀਂ ਮੈਂ ਸਰਪੰਚ ਆ ਜੀ ਪਿੰਡ ਤੋਂ ਹਾਂਜੀ ਵਧੀਆ ਗੱਲ ਹੈ ਤੁਸੀਂ ਬਾਤ ਸਾਬਾ ਬੇਲੇ ਜੀ ਤੁਸੀਂ ਬੇਲੇ ਹੀ ਹੈ ਜੀ ਮੇਰੀ 32 ਸਾਲ ਹੈ ਜੀ 32 ਸਾਲ ਜੀ 28 ਸਾਲ ਜੀ 24 ਮੈਂ ਜਦੋਂ ਹੁਣ ਤੁਹਾਨੂੰ ਉਮਰ ਪੁੱਛੀ ਤੁਸੀਂ ਤੁਹਾਨੂੰ ਹੋਇਆ ਕਿ ਇਹਨੇ ਮੇਰੀ ਉਮਰ ਕਿਉਂ ਪੁੱਛ ਲਈ ਨਹੀਂ ਪੁੱਛਣੀ ਚਾਹੀਦੀ ਥੋੜਾ ਜਿਹਾ ਹਿਚਕਚਾਏ ਨਹੀਂ ਬਿਲਕੁਲ ਨਹੀਂ ਜੀ ਤੁਸੀਂ ਨਹੀਂ ਬਿਲਕੁਲ ਨਹੀਂ ਉਹ ਵੀ ਜਦੋਂ ਨਹੀਂ ਉਹ ਕੁੜੀਆਂ ਹੀ ਹਿਚਕਚਾਉਂਦੀਆਂ ਹੁੰਦੀਆਂ ਨਾ ਮੁੰਡੇ ਨਹੀਂ ਹਿਚਕਚਾਉਂਦੇ ਜਦੋਂ ਨਾ ਬੰਦਾ 40 ਤੋਂ ਟੱਪਦਾ ਫੇਰ ਥੋੜਾ ਹੁੰਦਾ ਹੱਲੇ ਸਾਨੂੰ ਲੱਗਦਾ ਵੀ ਦੱਸਣੀ ਚਾਹੀਦੀ ਹੈ ਇੰਨੀ ਕ ਤਾਂ ਨਾਰਮਲ ਹੀ ਆ ਹਾਂਜੀ ਤਾਂ ਮਾਣ ਹੁੰਦਾ ਹੋਣਾ ਕਿ ਮੇਰੀ ਉਮਰ ਇੰਨੀ ਤਾਂ ਮੈਂ ਸਰਪੰਚ ਆ ਮੈਂ 27 ਸਾਲ ਦਾ ਬਣ ਗਿਆ ਜੀ ਸਰਪੰਚ ਜੀ ਹਾਂਜੀ ਹਾਂਜੀ ਅੱਛਾ ਤੁਹਾਨੂੰ ਕੀ ਲੱਗਦਾ ਕਿ ਜਦੋਂ ਉਮਰ ਪੁੱਛੀਦੀ ਆ ਕੁੜੀਆਂ ਡਰਦੀਆਂ ਉਮਰ ਦੱਸਣ ਲੱਗੇ ਕਿ ਮੁੰਡੇ ਕੁੜੀਆਂ ਡਰਦੀਆਂ ਜੀ ਮੁੰਡੇ ਨਹੀਂ ਡਰਦੇ ਕਿਉਂ ਡਰਦੀਆਂ ਕੁੜੀਆਂ ਕੁੜੀਆਂ ਵੈਸੇ ਵੀ ਆਪਣਾ ਵੀ ਜੇ ਜ਼ਿਆਦੀ ਹੋਈ ਤਾਂ ਕਹਿਣਗੇ ਵੀ ਜਿੱਦਾਂ ਹੁਣ ਕਹਿਣਾ ਨਹੀਂ ਚਾਹੀਦਾ ਵੀ ਆਂਟੀ ਆ ਜਾਂ ਇਹ ਹੋ ਨਾ ਵੀ ਉਹ ਉਹਨਾਂ ਦੇ ਲੈਵਲ 'ਚ ਰਹਿਣਾ ਚਾਹੁੰਦੀਆਂ ਵੀ ਅਸੀਂ ਕੁੜੀਆਂ ਹੀ ਲੱਗੀਏ ਹੈ ਨਾ ਉਮਰ ਤਾਂ ਹਾਂ ਯੰਗ ਲੱਗੀ ਹੈ ਹੈ ਤੁਹਾਨੂੰ ਕੀ ਲੱਗਦਾ ਕੁੜੀਆਂ ਕਿਉਂ ਲੁਕਾਉਂਦੀਆਂ ਲੁਕਾਉਂਦੀਆਂ ਉਮਰ ਇਹ ਪ੍ਰਾਈਵੇਸੀ ਆਪਣੀ ਸ਼ੋਅ ਨਹੀਂ ਕਰਦੀਆਂ ਜੀ ਕਿਤਾ ਮਤਲਬ ਬਸ ਕਿ ਆਪਣੇ ਸ਼ੋਅ ਨਹੀਂ ਕਰਨਾ ਚਾਹੁੰਦੀਆਂ ਕਿ ਓਵਰ ਏਜ ਆ ਓਕੇ ਹਾਂ ਯੰਗ ਰਹਿਣਾ ਚਾਹੁੰਦੀਆਂ ਪਰ ਪਤਾ ਲੱਗ ਜਾਂਦਾ ਤੁਹਾਨੂੰ ਜੇ ਸਾਹਮਣੇ ਵਾਲੇ ਨੇ ਇੰਨੀ ਏਜ ਦੱਸੀ ਪਰ ਇਹ ਝੂਠ ਬੋਲ ਰਹੀ ਹੈ ਨਹੀਂ ਜੀ ਮੇਕਅਪ ਹੀ ਇੰਨਾ ਕੀਤਾ ਹੁੰਦਾ ਜੀ ਪਤਾ ਹੀ ਨਹੀਂ ਲੱਗਦਾ ਹਾਂਜੀ ਹਾਂਜੀ ਤੁਹਾਨੂੰ ਕੀ ਲੱਗਦਾ ਕਿ ਕੌਣ ਝੂਠ ਬੋਲਦਾ ਇਹ ਤਾਂ ਹੁਣ ਕੁੜੀਆਂ ਨੂੰ ਪਤਾ ਜੀ ਹੁਣ ਤੁਸੀਂ ਦੱਸ ਸਕਦੇ ਆ ਹਾਂਜੀ ਕੁੜੀਆਂ ਹੀ ਬੋਲਦੀ ਤੁਹਾਨੂੰ ਕੀ ਲੱਗਦਾ ਕਿਉਂ ਡਰਦੀਆਂ ਆਪਣੀ ਉਮਰ ਦੱਸਣ ਲੱਗੇ ਰੀਜ਼ਨ ਕੀ ਲੱਗਦਾ ਇਦਾਂ ਨਹੀਂ ਪਤਾ ਹੈਗਾ ਇਹ ਤੁਸੀਂ ਦੱਸ ਸਕਦੇ ਤੁਸੀਂ ਖੁਦ ਕੁੜੀਆਂ ਨਾਲ ਮੈਂ ਦੱਸੂਗੀ ਕਈ ਵਾਰੀ ਹੁੰਦਾ ਨਾ ਆਪਾਂ ਆਬਜ਼ਰਵ ਕਰਦੇ ਆ ਕਿ ਰੀਜ਼ਨ ਹੋ ਸਕਦਾ ਨਹੀਂ ਇਦਾਂ ਦਾ ਤਾਂ ਨਹੀਂ ਹਜੇ ਕੋਈ ਰੀਜ਼ਨ ਤੁਸੀਂ ਕੀ ਸੋਚਦੇ ਹੋ ਉਹ ਇਹ ਹੈ ਕਿ ਨਿਆਣੀਆਂ ਲੱਗਣ ਨਿਆਣਾ ਤਾਂ ਕੋਈ
ਕੋਈ ਨਹੀਂ ਲੱਗਣਾ ਅੱਜ ਕੱਲ ਤਾਂ ਨਿਆਣੇ ਵੱਡੇ ਹੋ ਗਏ ਨੇ ਨਿਆਣੇ ਵੱਡੇ ਹੋ ਗਏ ਉਹਦੇ ਹਾਂਜੀ ਤੁਸੀਂ ਕੀ ਕਹਿੰਦੇ ਕੁਛ ਨਹੀਂ ਮੈਂ ਬਸ ਇਹ ਵੀ ਮੈਂ ਤਾਂ ਪਹਿਲੀ ਵਾਰੀ ਆਇਆ ਇੱਥੇ ਈਸਟਵੁੱਡ ਹਾਂਜੀ ਸੁਣਿਆ ਸੀ ਇਹਦੇ ਬਾਰੇ ਸੁਣਿਆ ਸੀ ਮੈਂ ਤਾਂ ਬਾਲੀਵੁੱਡ ਕਹਿੰਦਾ ਹੁੰਦਾ ਇਹਨਾਂ ਨੂੰ ਵੀ ਯਾਰ ਬਾਲੀਵੁੱਡ ਚੱਲੀ ਆਪਾਂ ਵੀ ਹੈ ਨਾ ਤੇ ਵਧੀਆ ਮਾਹੌਲ ਹੈ ਇੱਥੇ ਬਹੁਤ ਵਧੀਆ ਹੈ ਮੈਂ ਫਸਟ ਟਾਈਮ ਆਇਆ ਇਹ ਮੁੰਡੇ ਪਿੰਡੋਂ ਆਉਂਦੇ ਰਹਿੰਦੇ ਆ ਹਾਂਜੀ ਅੱਛਾ ਮੈਂ ਨਾ ਤੁਹਾਨੂੰ ਸਾਰਿਆਂ ਨੂੰ ਪੁੱਛਣਾ ਆ ਸੱਚ ਆਪਣੀ ਉਮਰ ਤੁਸੀਂ ਸਾਰਿਆਂ ਨੇ ਸਹੀ ਦੱਸੀ ਸੀ ਨਾ ਓਕੇ ਮੈਨੂੰ ਦੇਖ ਕੇ ਤੁਹਾਨੂੰ ਕਿੰਨੀ ਲੱਗਦੀ ਕਿ ਮੇਰੀ ਕਿੰਨੀ ਉਮਰ ਆ ਸਾਡੀ 30 ਕ ਲੱਗਦੀ ਓਕੇ 25 ਕ ਲੱਗਦੀ ਹੈ ਮੈਂ ਓਕੇ 23 ਓਕੇ ਇਹ ਵੀ 94-95 ਦੇ ਗਰੀਬ ਹੋ ਤੁਹਾਡਾ ਡੇਟ ਆਫ ਬਰਥ ਹਾਂਜੀ ਤੁਹਾਨੂੰ ਇਸ ਸੂਟ ਕਿੱਦਾਂ ਲੱਗਦਾ ਇਸ ਸੂਟ ਬੈਸਟ ਆ ਮੈਮ ਤੁਹਾਡਾ ਦਿੱਲੀ ਇੱਥੇ ਲੱਗਦਾ ਆ ਕੇ ਨਾ ਘਰੇ ਲੱਗਦਾ ਨਹੀਂ ਛੁੱਟੀ ਕਰੀ ਨਹੀਂ ਇਹ ਬੈਸਟ ਹੈ ਮੈਮ ਇਸੇ ਯੈਸ ਮੈਮ ਅੱਛਾ ਤੁਹਾਡੀ ਉਮਰ ਕਿੰਨੀ ਆ ਮੈਮ 28 27 ਹੁਣ ਜਿੱਦਾਂ ਮੈਂ ਤੁਹਾਨੂੰ ਉਮਰ ਪੁੱਛੀ ਤੁਸੀਂ ਥੋੜਾ ਜਿਹਾ ਹਿਚਕਿਚਾਏ ਕਿ ਮੈਂ ਉਮਰ ਦੱਸਾਂ ਕਿ ਨਾ ਦੱਸਾਂ ਨਹੀਂ ਮੈਮ ਬਿਲਕੁਲ ਵੀ ਨਹੀਂ ਸੱਚ ਬੋਲਣਾ ਪਸੰਦ ਕਰਦਾ ਮੈਡਮ ਲਾਈਫ ਚ ਯੈਸ ਅੱਛਾ ਤੁਹਾਨੂੰ ਕੀ ਲੱਗਦਾ ਕਿ ਜਦੋਂ ਏਜ ਪੁੱਛੀ ਦੀ ਕੌਣ ਜ਼ਿਆਦਾ ਡਰਦਾ ਆਪਣੀ ਉਮਰ ਦੱਸਣ ਤੋਂ ਕੁੜੀਆਂ ਸੱਚੀ ਤੁਹਾਨੂੰ ਕੀ ਲੱਗਦਾ ਕਿ ਕਿਉਂ ਡਰਦੀਆਂ ਉਮਰ ਦੱਸਣ ਲੱਗੇ ਆਈ ਥਿੰਕ ਮਤਲਬ ਕਿ ਮੇਰੀ ਵਾਇਰਲ ਨਾ ਕਰ ਦੇਵੇ ਪੋਸਟ ਵਗੈਰਾ ਜਿੱਦਾਂ ਮਤਲਬ ਕਿ ਜਿੱਦਾਂ ਹੁਣ ਮੁੰਡਾ ਕੁੜੀ ਤੋਂ ਪੋਸਟ ਮੰਗ ਲੈਂਦਾ ਆਪਣੀ ਪਿਕ ਸੈਂਡ ਕਰ ਮੈਨੂੰ ਉਹ ਡਰਦੀਆਂ ਕੁੜੀਆਂ ਫੋਟੋ ਸੈਂਡ ਕਰਨ ਕਿ ਮੇਰੀ ਵਾਇਰਲ ਨਾ ਕਰ ਦੇਵੇ ਮੇਰੀ ਏਜ ਵਗੈਰਾ ਪੁੱਛਦੇ ਆ ਮੁੰਡੇ ਜਿੱਦਾਂ ਮਤਲਬ ਕਿ ਜਿੱਦਾਂ ਨਾਲ ਫਰੈਂਡਸ਼ਿਪ ਹੀ ਲਾ ਲਓ ਫਰੈਂਡਸ਼ਿਪ ਦੇ ਅਕੋਰਡਿੰਗ ਜਿੱਦਾਂ ਸਾਰਾ ਕੁਝ ਪੁੱਛਦੇ ਆ ਉਹ ਫੇ ਕੁੜੀਆਂ ਡਰਦੀਆਂ ਆ ਤੁਹਾਨੂੰ ਕੀ ਲੱਗਦਾ ਕਿਉਂ ਡਰਦੀਆਂ ਹਾਂ ਕਿਉਂਕਿ ਉਹਨਾਂ ਦੇ ਨਾਜ਼ੁਕ ਦਿਲ ਹੁੰਦੇ ਅੱਛਾ ਤੁਹਾਨੂੰ ਕੀ ਲੱਗਦਾ ਕੀ ਰੀਜ਼ਨ ਲੱਗਦਾ ਕਿ ਕੁੜੀਆਂ ਉਮਰ ਦੱਸਣ ਲੱਗੇ ਡਰਦੀਆਂ ਜਾਂ ਲੁਕਾਉਂਦੀਆਂ ਆ ਲੁਕਾਉਂਦੀਆਂ ਆਉਂਦੀਆਂ ਕੀ ਰੀਜ਼ਨ ਲੱਗਦਾ ਕਿ ਕਿਉਂ ਫੋਰ ਐਗਜ਼ਾਮਪਲ 30 ਆ ਉਮਰ ਕੁੜੀ ਦੀ 30 ਤੁਹਾਨੂੰ ਕੀ ਲੱਗਦਾ ਜੇ ਝੂਠ ਬੋਲੂਗੀ ਉਹ ਆਪਣੀ 30 ਤੋਂ ਕਿੰਨੀ ਉਮਰ ਦੱਸੂਗੀ 23 ਨਹੀਂ ਮੇਬੀ 25 ਦੱਸੂਗੀ ਹਾਂ 23 ਕਿ ਦੱਸੂਗੀ 25 ਜਾਂ 26 ਓਕੇ ਯੈਸ ਮੁੰਡੇ ਨਹੀਂ ਡਰਦੇ ਨਹੀਂ ਕੋਈ ਕੋਈ ਮੁੰਡਾ ਹੋਊਗਾ ਬਟ ਸਾਡੇ ਵਰਗਾ ਤਾਂ ਨਹੀਂ ਡਰੂਗਾ ਨਹੀਂ ਡਰਦੇ ਮੁੰਡੇ ਅੱਛਾ ਮੈਨੂੰ ਇਹ ਦੱਸੋ ਕਿ ਮੈਨੂੰ ਦੇਖ ਕੇ ਤੁਹਾਨੂੰ ਕਿੰਨੀ ਲੱਗਦੀ ਕਿ ਮੇਰੀ ਕਿੰਨੀ ਉਮਰ ਹੋਊ ਸੀ ਮੈਮ ਆਈ ਥਿੰਕ ਤੁਸੀਂ 33 ਹੋਣਾ ਓਕੇ ਜੀ 29 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਠੀਕ ਹੈ ਜੀ ਤੁਸੀਂ ਕਿਦਾਂ ਠੀਕ ਹੋ ਵਧੀਆ ਵਧੀਆ ਜੀ ਠੀਕ ਠਾਕ ਤੁਸੀਂ ਬਹੁਤ ਵਧੀਆ ਜੀ ਠੀਕ ਠਾਕ ਕਿੱਦਾਂ ਜੀ ਠੀਕ ਹੋ ਇੱਧਰ ਦੇਖੋ ਕਿੱਦਾਂ ਠੀਕ ਹੋ ਉਹ ਦੇਖ ਰਹੇ ਨੇ ਕਿਹਨਾਂ ਨੇ ਘੇਰ ਲਿਆ ਸਾਨੂੰ ਕਿੱਥੋਂ ਦੇ ਹੋ ਅਸੀਂ ਜਲੰਧਰ ਤੋਂ ਹੀ ਟਾਵਰ ਇਨਕਲੇਵ ਦੇ ਟਾਵਰ ਇਨਕਲੇਵ ਫੇਸ 1 2 3 2 1 ਮੈਂ ਮੈਂ ਜੀ ਉੱਥੇ ਕੈਨੇਡਾ ਵਿੱਚ ਕੈਨੇਡੀਅਨ ਟਾਇਰ ਕੰਪਨੀ ਹੈ ਉੱਥੇ ਕੰਮ ਕਰਦਾ ਠੀਕ ਹੈ ਸੀ ਮੈਂ ਤਾਂ ਜੀ ਇੱਥੇ ਹੀ ਹਾਂ ਮੈਂ ਕੈਨੇਡਾ ਨੂੰ ਲੈ ਕੇ ਗਏ ਜੀ ਮੈਨੂੰ ਲੈ ਕੇ ਗਏ ਜੀ ਜਾਓਗੇ ਹੁਣ ਜਾਵਾਂਗੇ ਹੁਣ ਨਾਲੇ ਕਿਉਂਕਿ ਜਦੋਂ ਉੱਥੇ ਮੰਮੀਆਂ ਵੀ ਜਾਂਦੀਆਂ ਹਨ ਉਹ ਵੀ ਕਹਿੰਦੀਆਂ ਮੈਂ ਬੋਰ ਹੋ ਰਹੀ ਮੈਨੂੰ ਕੰਮ ਤੇ ਲਾਓ ਹਾਂ ਨਹੀਂ ਨਹੀਂ ਕੰਮ ਇਹ ਹੈਗਾ ਹਾਂਜੀ ਹਾਂਜੀ ਓਕੇ ਤੁਹਾਡੀ ਉਮਰ ਕਿੰਨੀ ਆ ਮੇਰੀ ਉਮਰ 62 ਸਾਲ 62 ਸਾਲ ਤੁਹਾਡੀ 32 30 ਇਹਦੀ ਕਿੰਨੀ ਆ 8 ਮੰਥ ਹਾਂਜੀ ਓਕੇ ਹੁਣ ਜਦੋਂ ਮੈਂ ਤੁਹਾਨੂੰ ਉਮਰ ਪੁੱਛੀ ਤੁਹਾਨੂੰ ਹੋਇਆ ਥੋੜਾ ਜਿਹਾ ਕਿ ਯਾਰ ਕੀ ਦੱਸਾਂ ਮੈਂ ਉਮਰ ਸਹੀ ਦੱਸਾਂ ਗਲਤ ਦੱਸਾਂ ਹੋਇਆ ਨਹੀਂ ਵੀ ਆਪਾਂ ਸਹੀ ਦੱਸ ਦੇ ਆਪਾਂ ਸਹੀ ਦੱਸ ਤੁਹਾਨੂੰ ਹੋਇਆ ਨਹੀਂ ਨਹੀਂ ਬਿਲਕੁਲ ਨਹੀਂ ਅੱਛਾ ਤੁਹਾਨੂੰ ਕੀ ਲੱਗਦਾ ਆ ਕਿ ਜਦੋਂ ਅਸੀਂ ਕਿਸੇ ਤੋਂ ਉਮਰ ਪੁੱਛਦੇ ਆ ਕੁੜੀਆਂ ਜਾਂ ਮੁੰਡੇ ਕੌਣ ਆ ਜਿਹੜਾ ਡਰਦਾ ਆਪਣੀ ਉਮਰ ਦੱਸਣ ਨਹੀਂ ਬਈ ਕਈ ਕੁੜੀਆਂ ਵੈਸੇ ਬਹੁਤ ਡਰਦੀਆਂ ਆ ਕਹਿੰਦੀਆਂ ਹਾਂ ਡਰਦੀਆਂ ਤੁਹਾਨੂੰ ਕੀ ਲੱਗਦਾ ਕੀ ਰੀਜ਼ਨ ਆ ਆ ਪਤਾ ਨਹੀਂ ਕੀ ਗੱਲ ਉਹ ਕਹਿੰਦੀ ਉਮਰ ਦੱਸਦੀਆਂ ਹੀ ਨਹੀਂ ਸਹੀ ਉਮਰ ਕੋਈ ਨਹੀਂ 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 ਉਮਰ ਸਹੀ ਕੋਈ ਦੱਸਦਾ ਹੀ ਨਹੀਂ ਉਹ ਕਹਿੰਦੇ ਨਾ ਨਾ ਉਮਰ ਜ਼ਿਆਦੀ ਤੋੜੋ ਉਹ ਤਾਂ 10 ਸਾਲ ਪਿੱਛੇ ਦੱਸ ਦਿੰਦੇ ਤੁਸੀਂ ਆਪਣੇ ਆਪ ਨੂੰ ਬੁੱਢਾ ਨਹੀਂ ਕਹਿਣਾ ਚਾਹੁੰਦੇ ਇਸ ਕਰਕੇ ਜਿੰਨੀ ਘੱਟ ਦੱਸਾਂਗੇ ਉਨਾ ਯੰਗ ਫੀਲ ਕਰਾਂਗੇ ਹਾਂ ਤੁਹਾਨੂੰ ਕੀ ਲੱਗਦਾ ਕੌਣ ਕਰਦਾ ਲੇਡੀਜ਼ ਜ਼ਿਆਦਾ ਪਤਾ ਨਹੀਂ ਉਹ ਮਤਲਬ ਮੇਕਅਪ ਵਗੈਰਾ ਕੀਤਾ ਹੁੰਦਾ ਉਹ ਕਹਿੰਦੇ ਵੀ ਘੱਟ ਹੀ ਦੱਸੀ ਹੁਣ ਇਹਦੇ ਹਿਸਾਬ ਨਾਲ ਹਾਂਜੀ ਓਕੇ ਠੀਕ ਹੈ ਮੈਨੂੰ ਇਹ ਦੱਸੋ ਕਿ ਉਮਰ ਲੁਕਾਉਣੀ ਚਾਹੀਦੀ ਕਿ ਨਹੀਂ ਚਾਹੀਦੀ ਪਰ ਨਹੀਂ ਨਹੀਂ ਚਾਹੀਦੀ ਨਹੀਂ ਜੋ ਇਹ ਜੇ ਸਹੀ ਦੱਸਣੀ ਚਾਹੀਦੀ ਹਾਂ ਨਹੀਂ ਨਹੀਂ ਓਕੇ ਮੈਨੂੰ ਦੇਖ ਕੇ ਕਿੰਨੀ ਲੱਗਦੀ ਕਿ ਮੇਰੀ ਕਿੰਨੀ ਉਮਰ ਹੋ ਅੰਦਾਜ਼ਾ ਲਾਓ ਕੁਝ ਨਹੀਂ ਕਹਿ ਸਕਦੇ ਨਹੀਂ ਫਿਰ ਵੀ 8 ਮਹੀਨੇ ਦਾ ਕਹਿ ਨਹੀਂ ਸਕਦੇ ਹੋ 30 ਸਾਲ 30 ਸਾਲ ਹਾਂਜੀ 30 28 ਤੋਂ 30 ਓਕੇ ਮਾਰੋ ਤੁਸੀਂ ਕਿਹਾ ਸੀ 35 ਸਾਲ ਮੈਂ ਤੇ 35 ਸਾਲ ਲੱਗ ਗਏ ਸੋ ਪ੍ਰਾਈਮ ਵਿਊਜ਼ ਪ੍ਰੋਗਰਾਮ ਤੁਸੀਂ ਦੇਖ ਰਹੇ ਸੀ ਅੱਜ ਦਾ ਮੇਰਾ ਟੌਪਿਕ ਸੀਗਾ ਕਿ ਜਿਹੜੀ ਉਮਰ ਆ ਕੌਣ ਡਰਦਾ ਆਪਣੀ ਉਮਰ ਦੱਸਣ ਲੱਗੇ
सारे ने गैस मार ले, किसी ने मेरी वध भी दसी, किसी ने घट भी दसी, घट वाले तो हाए बहुत ही चंगे सके। जिन्होंने एवरेज की गैस की मतलब नेड़े वाली सी वह भी वधिया सी। बाकी मैं अपनी उम्र तुम दस दी, मेरी 31 आ, जो कह लो कि 31.5 साल आ, मई के मैं 32 भी हो जाना। बाकी तुम्हें प्रोग्राम किमें लगे जरूर दस्यो, अपनी उम्र कॉमेंट करके जरूर दस्यो कि तुम किन्ने साल के है। जो प्रोग्राम वधिया लगे, जो वीडियो यूट्यूब के उत्ते देख रहे हो तो उन्होंने लाइक भी करो, शेयर भी करो। हुण मैनू नीलम कुइन दो इजाजत, तुसी दे दरो प्राइम एशिया टीवी, तुहाडा अपना तुहाडे लई, टेक केयर, बाय बाय, सत श्री अकाल।